ਭਗਵੰਤ ਮਾਨ ਨੇ ਝੂਠ ਬੁੱਲਣ ਦੇ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ ਨੇ ਇਹ ਕਹਿਣਾ ਸਾਡਾ ਨਹੀਂ ਬਲਕਿ ਹਲਕਾ ਪੁਲਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਕਿ ਸਾਡਾ ਉਦਯੋਗਾਂ ਨੂੰ ਲੈ ਕੇ ਚੀਨ ਦੇ ਨਾਲ ਮੁਕਾਬਲਾ ਹੈ ਨਾ ਕਿ ਭਾਰਤ ਦੇ ਪ੍ਰਦੇਸ਼ਾਂ ਦੇ ਨਾਲ ਜਿਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਇਸ ਬਿਆਨ ਉਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਉਹਨਾਂ ਅੰਕੜੇ ਵੀ ਪੇਸ਼ ਕੀਤੇ ਉਹਨਾਂ ਕਿਹਾ ਹੈ ਕਿ ਚੀਨ ਦੇ ਨਾਲ ਮੁਕਾਬਲਾ ਛੱਡੋ ਭਾਰਤ ਦੇ ਵਿੱਚ ਵੀ ਪੰਜਾਬ 8ਵੇਂ ਨੰਬਰ ਉੱਤੇ ਹੈ ਕਿ ਆ ਮੇਰੇ ਕੋਲ ਜਿਹੜੇ ਫਿਗਰਸ ਨੇ ਇੰਡੀਆ ਦੇ ਵਿੱਚ ਵੀ ਪੰਜਾਬ 8ਵੇਂ ਨੰਬਰ ਤੇ ਆ ਇੰਡਸਟਰੀ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਸ਼ਾਇਦ ਅਪ੍ਰੋਕਸੀਮੇਟਲੀ 13000 ਇੰਡਸਟਰੀਅਲ ਯੂਨਿਟਸ ਆ ਸਿਰਫ ਪੰਜਾਬ ਦੇ ਵਿੱਚ ਮਤਲਬ ਤਾਮਿਲਨਾਡੂ ਗੁਜਰਾਤ ਮਹਾਰਾਸ਼ਟਰਾ ਆਂਧਰਾ ਪ੍ਰਦੇਸ਼ ਉੱਤਰ ਪ੍ਰਦੇਸ਼ ਤੇਲੰਗਾਨਾ ਕਰਨਾਟਕਾ ਸਾਡੇ ਤੋਂ ਅੱਗੇ ਨੇ ਔਰ ਅਸੀਂ 8ਵੇਂ ਨੰਬਰ ਤੇ ਆ ਇੰਡੀਆ ਦੇ ਵਿੱਚ ਤੇ ਤੁਸੀਂ ਚਲੋ ਇਹ ਕਹਿ ਸਕਦੇ ਹੋ ਕਿ ਅਸੀਂ ਭਾਰਤ ਵਿੱਚ ਇੰਡੀਆ ਵਿੱਚ ਅਸੀਂ ਤਰੱਕੀ ਕਰਕੇ ਅਸੀਂ ਸਾਰਿਆਂ ਨੂੰ ਬੀਟ ਕਰਾਂਗੇ ਤੇ ਪੰਜਾਬ ਨੂੰ ਨੰਬਰ 1 ਤੇ ਇਹ ਤਾਂ ਗੱਲ ਕੋਈ ਸਮਝ ਆਉਂਦੀ ਸ਼ੋਭਦੀ ਸੀਗੀ ਪਰੰਤੂ ਇੰਡਸਟਰੀਅਲਿਸਟ ਬੈਠੇ ਨੇ ਜਿਹੜੇ ਆਪ ਇੰਡਸਟਰੀ ਔਰ ਵਪਾਰ ਬਾਰੇ ਜਾਣਦੇ ਨੇ ਉਹਨਾਂ ਦੇ ਸਾਹਮਣੇ ਤੁਸੀਂ ਕਹਦੇ ਹੋ ਕਿ ਅਸੀਂ ਤਾਂ ਚਾਈਨਾ ਨੂੰ ਬੀਟ ਕਰਾਂਗੇ ਹੁਣ ਚਾਈਨਾ ਦੇ ਬਾਰੇ ਮੈਂ ਤੁਹਾਨੂੰ ਥੋੜੇ ਪਹਿਲਾਂ ਤੁਸੀਂ ਫਿਗਰਸ ਦੇਖ ਪਹਿਲਾਂ ਮੈਂ ਤੁਹਾਨੂੰ ਕੋਟ ਕਰ ਦਿੰਦਾ ਜਿਹੜੀ ਇਸ ਵਕਤ ਜੀਡੀਪੀ ਹੈ ਚਾਈਨਾ ਦੀ ਅਤੇ ਵਿਸ਼ਵ ਦੇ ਟਾਪ ਮੁਲਕਾਂ ਦੀ ਸਟਾਰਟਿੰਗ ਫਰੋਮ ਯੂਐਸਏ ਚਾਈਨਾ ਜਪਾਨ ਜਰਮਨੀ ਪੰਜਵੇਂ ਨੰਬਰ ਤੇ ਇੰਡੀਆ ਆਉਂਦਾ ਜੀਡੀਪੀ ਦੇ ਵਿੱਚ ਔਰ ਚਾਈਨਾ ਦੀ ਜੀਡੀਪੀ ਕਿੰਨੀ ਹੈਗੀ ਆ ਲਗਭਗ 20000 ਬਿਲੀਅਨ ਯੂ ਐਸ ਡਾਲਰਸ 2000 ਯੂ ਐਸ ਬਿਲੀਅਨ ਡਾਲਰਸ ਇਹ ਸ਼ਾਇਦ ਜੇ ਪਰ ਟ੍ਰਿਲੀਅਨ ਜਿਗਣਾਗੇ ਤਾਂ ਪਤਾ ਨਹੀਂ ਕਿੰਨੀ ਬਣਦੀ ਮੇਰੇ ਤਾਂ ਗਿਣਤੀ ਤੋਂ ਬਾਹਰ ਹੈਗੀ ਆ ਇਦੇ ਮੁਕਾਬਲੇ ਤੇ ਇੰਡੀਆ ਦੀ ਵੀ ਜਿਹੜੀ ਇਕਨੋਮੀ ਹੈਗੀ ਐ ਇਸ ਵਕਤ ਜੀਡੀਪੀ ਜੀਡੀਪੀ ਆਪਾਂ ਨੂੰ ਜੀਡੀਪੀ ਇੱਕ ਪੈਰਾਮੀਟਰ ਆ ਜਦੋਂ ਆਪਾਂ ਇਕਨੋਮੀ ਡਿਸਕਸ ਕਰਦੇ ਆ ਤਾਂ ਇੰਡੀਆ ਦੀ ਚਾਈਨਾ ਦੇ ਮੁਕਾਬਲੇ ਤੇ ਅੱਜ 3740 ਹਜ਼ਾਰ ਬਿਲੀਅਨ ਯੂ ਐਸ ਡਾਲਰਸ ਹੈਗੀ ਐ ਪਰ ਭਗਵਾਨਪਤਾਨ ਕੇ ਅੰਦਰ ਸਾਡਾ ਕੰਪੀਟੀਸ਼ਨ ਚਾਈਨਾ ਦੇ ਨਾਲ ਆ ਤੇ ਪੰਜਾਬ ਦੀ ਇਸ ਵਕਤ ਆ ਤੁਸੀਂ ਸਨੈਪਸ਼ਾਟ ਦੇਖ ਸਕਦੇ ਆ ਮੈਂ ਇਹ ਮੈਂ ਕੋਈ ਖਾਸ ਗੱਲ ਨਹੀਂ ਕੀਤੀ ਇਹ Google ਤੋਂ ਸਿਰਫ ਰਿਸਰਚ ਕੀਤਾ ਤੇ ਸਾਰੇ ਤੱਥ ਜਿਹੜੇ ਉਹ ਸਾਹਮਣੇ ਆ ਜਾਂਦੇ ਨੇ ਤੇ ਪੰਜਾਬ ਦੀ ਜਿਹੜੀ ਜੀਐਸਡੀਪੀ ਹੈਗੀ ਆ ਇਸ ਵਕਤ ਦੇ ਲੇਟੈਸਟ ਕੋਟ ਕਰ ਰਿਹਾ ਆ ਪੰਜਾਬ ਦੀ ਜਿਹੜੀ ਜੀਐਸ ਜੇ ਆਪਾਂ ਇਹਨੂੰ ਰੁਪਈਆਂ 'ਚ ਦੇਖਾਂਗੇ ਤਾਂ ਇਹ 6 ਲੱਖ 98 ਅ ਹਜ਼ਾਰ ਕਰੋੜ ਰੁਪਏ ਦੀ ਇਕਨੋਮੀ ਆ ਜੀਐਸਡੀਪੀ ਜਿਹੜੀ ਜੀਡੀਪੀ ਹੈਗਾ 6 ਲੱਖ 98 6 0.98 ਲੱਖ ਕਰੋੜ ਜੇ ਆਪਾਂ ਇਹਨੂੰ ਡਾਲਰਸ ਵਿੱਚ ਕਨਵਰਟ ਕਰਾਂਗੇ ਤਾਂ ਇਹ ਤਕਰੀਬਨ ਤਕਰੀਬਨ 70 ਬਿਲੀਅਨ ਡਾਲਰਸ ਬਣਦੀ ਚਾਈਨਾ ਦੀ ਹੈਗੀ ਆ 20000 ਬਿਲੀਅਨ ਡਾਲਰਸ ਤੇ ਪੰਜਾਬ ਦੀ ਹੈਗੀ ਆ ਸਿਰਫ 70 ਬਿਲੀਅਨ ਡਾਲਰਸ ਮੈਥਮੈਟਿਕਲੀ ਗਲਤ ਹੋ ਸਕਦਾ ਆ ਸਮਥਿੰਗ ਲਾਈਕ 250 ਗੁਣਾ